ਅਸਲਾਮੁਅਲੈਕਮ ਦੋਸਤੋ ਵੇਖ ਰਹੇ ਹੋ ਤੁਸੀਂ ਆਪਣਾ YouTube ਚੈਨਲ ਪਾਕ ਪੰਜਾਬ ਟੀਵੀ ਤੇ ਮੈਂ ਹਟ ਵਡਾ ਦੋਸਤ ਅਬਦਲ ਵਾਹਿਦ ਜਿਹੜੇ ਕਿ ਮੇਰੇ ਪੁਰਾਣੇ ਸਬਸਕ੍ਰਾਈਬਰ ਰਹੇ ਗਏ ਨੇ ਮੇਰੇ 1 ਸਾਲ ਪਹਿਲੇ ਤੋਂ ਜਿਹੜੇ ਕਿ ਤਕਰੀਬਨ ਆਪਣੀਆਂ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਸ਼ਹਿਰ ਦੇ ਜ਼ਮੀਨ ਦੀ ਵੀਡੀਓ ਪਹਿਚਾਨ ਲਈ ਹੋਈ ਤਕਰੀਬਨ ਕੋਈ 1 ਸਾਲ ਪਹਿਲੇ ਆਪਾਂ 2175 ਕਨਾਲ ਜ਼ਮੀਨ ਦੀ ਵੀਡੀਓ ਅਪਲੋਡ ਕੀਤੀ ਸੀ 2175 ਕਨਾਲ ਦੋਸਤਾਂ ਨੇ ਜ਼ਮੀਨ ਬੜੀ ਪਸੰਦ ਕੀਤੀ ਸੀ ਦੋਸਤੋ ਇਹ ਉਹੀ ਜ਼ਮੀਨ ਹੈਗੀ ਜੇ ਵੀਡੀਓ ਵੀ ਪੁਰਾਣੀ ਹੈਗੀ ਏ ਜੇ ਸਿੱਧੀ ਗੱਲ ਏ ਜਿਵੇਂ ਕਿ ਹੁਣ ਇਹ ਮੁਕੰਮਲ ਜ਼ਮੀਨ ਦੇ ਅੰਦਰ ਇਹ ਹਰਿਆਲੀ ਇਹ ਗੰਧਮ ਦੋਸਤੋ ਇਹ ਗੰਧਮ ਹੈਗੀ ਜੇ ਇਹ ਉਹ ਦੂਜੀ ਵੀਡੀਓ ਬਣੀ ਹੋਈ ਹੈ ਜਦੋਂ ਕੰਧਮ ਦਾ ਤਾਜ਼ਾ-ਤਾਜ਼ਾ ਮੌਸਮ ਜਿਹੜਾ ਕਿ ਹੈ ਸੀ ਮਤਲਬ ਕਿ ਫੁੱਲ ਸਰਦੀ ਹੈਗੀ ਸੀ ਦੋਸਤੋ ਉਹੀ ਜ਼ਮੀਨ ਹੈ 2175 ਕਨਾਲ ਦੀ ਜ਼ਮੀਨ ਹੈਗੀ ਸੀ ਤੇ ਦੁਬਾਰਾ ਉਹੀ ਵੀਡੀਓ ਉਹੀ ਜ਼ਮੀਨ ਅਪਲੋਡ ਕਰਨ ਦਾ ਮਕਸਦ ਇਹ ਕਿ ਹੁਣ ਇਹ ਆਪਣੇ ਕੋਲ ਰਹਿ ਗਈ ਹੈ 1300 ਤੇ 50 ਕਨਾਲ ਕਿ ਤੁਸੀਂ ਮੌਕੇ ਤੇ ਆਓਗੇ ਨਾ ਤੁਹਾਨੂੰ ਇੱਥੇ 1300 ਤੇ 50 ਕਨਾਲ ਜ਼ਮੀਨ ਮਿਲੇਗੀ ਕਿ ਅੱਜ ਤੋਂ 1 ਸਾਲ ਪਹਿਲੇ ਮੈਂ ਇਹ 2175 ਕਨਾਲ ਇਹ ਜ਼ਮੀਨ ਦੀ ਵੀਡੀਓ ਅਪਲੋਡ ਕੀਤੀ ਸੀ ਨਾ ਤੇ ਹੁਣ ਇਹ ਪ੍ਰਮੰਤ ਸਾਹਮਣੇ 1300 ਤੇ 50 ਕਨਾਲ ਲਗੀ ਜੀ ਜਿਵੇਂ ਕਿ ਮੈਂ ਗੱਲ ਕੀਤੀ ਹੈ ਕਿ ਵੀਡੀਓ ਆਪਣੀ ਕਾਫੀ ਪੁਰਾਣੀ ਹੈਗੀ ਇਹ ਇਹ ਨਿੱਕੀ ਨਿੱਕੀ ਗੰਦਮ ਲੱਗੀ ਹੋਈ ਹੈ ਮੁਕੰਮਲ ਜ਼ਮੀਨ ਦੇ ਅੰਦਰ ਤੁਸੀਂ ਮੌਕੇ ਤੇ ਆਉਂਗੇ ਤੇ ਇਸ ਟਾਈਮ ਵਾਟ ਇਜ਼ ਦ ਮੌਸਮ ਚੱਲਦਾ ਪਿਆ ਹੈ ਕਿ ਕਣਕ ਇਥੋਂ ਕਟਨੀ ਸ਼ੁਰੂ ਹੋ ਗਈ ਏ ਕਿ ਮੌਸਮ ਦੇ ਹਿਸਾਬ ਨਾਲ ਲੇਕਿਨ ਫਿਲਹਾਲ ਵੀ ਮੌਕੇ ਤੇ ਗੰਦਮ ਹੀ ਹੈਗੀ ਏ ਦੋਸਤੋ ਚਕਵਾਲ ਦਾ ਇਲਾਕਾ ਹੈ ਇਸ ਵਾਸਤੇ ਆਪਾਂ ਗਿਣਤੀ ਕਰਦੇ ਪਏ ਆ ਕਨਾਲ ਦੇ ਹਿਸਾਬ ਨਾਲ ਕਿ ਜਿਵੇਂ ਕਿ ਇਲਾਕੇ ਦੇ ਵਿੱਚ ਗਿਣਤੀ ਚੱਲਦੀ ਹੋਵੇ ਅਗਰ ਏਕੜ ਦੀ ਗਿਣਤੀ ਹੋਵੇ ਤਾਂ ਆਪਾਂ ਗੱਲ ਕਰਨੇ ਆ ਏਕੜ ਦੇ ਹਿਸਾਬ ਨਾਲ ਲਿਹਾਜ਼ਾ ਇਹ ਚਕਵਾਲ ਦਾ ਇਲਾਕਾ ਹੈ ਇੱਥੇ ਗਿਣਤੀ ਕਨਾਲ ਦੀ ਹੁੰਦੀ ਏ ਇਸ ਵਾਸਤੇ ਆਪਾਂ ਕਨਾਲ ਦੀ ਗੱਲ ਕੀਤੀ ਜਾਂਨੇ ਆ ਕਿ ਜਿਵੇਂ ਕਿ ਜ਼ਮੀਨ ਆਪਣੇ ਕੋਲੇ ਪਹਿਲੇ ਹੈ ਸੀ ਤਕਰੀਬਨ 271 ਏਕੜ ਤਕਰੀਬਨ ਇਹ ਜ਼ਮੀਨ ਬਣਦੀ ਪਈ ਸੀ ਮਤਲਬ ਕਿ ਪਹਿਲੇ ਇਹ ਤਕਰੀਬਨ 271 ਏਕੜ ਇੱਥੇ ਜ਼ਮੀਨ ਹੈਗੀ ਸੀ ਤੇ ਜਿਵੇਂ ਕਿ ਆਪਣੇ ਕੋਲੇ ਹੁਣ 168 ਏਕੜ ਬਣਦੀ ਪਈ ਹੈ ਮਤਲਬ ਕਿ ਹੁਣ 1350 ਕਨਾਲ ਜ਼ਮੀਨ ਇੱਥੇ ਰਹਿ ਗਈ ਹੈ ਨਾ ਤੇ तकरीबन اندازਨ 100 ਤੇ 68 ਏਕੜ ਇਸ ਜ਼ਮੀਨ ਇੱਥੇ ਬਣਦੀ ਪਈ ਹੈ। ਮਤਲਬ ਕਿ اندازਨ ਤੁਸੀਂ ਐਂ ਸਮਝ ਲਓ ਕਿ ਕਿ 6.5 ਮਰਬੇ ਜਾਂ ਫਿਰ ਪੌਣੇ 7 ਮਰਬੇ ਜ਼ਮੀਨ ਤੁਹਾਨੂੰ ਇੱਥੇ ਇਕੱਠੀ ਅੱਜ ਵੀ ਹੋ ਜੇਗੀ। ਡੇਰਾ ਦੋਸਤਾਂ ਨੂੰ ਜ਼ਮੀਨ ਦੇ ਅੰਦਰ ਮਿਲੇਗਾ ਤੇ ਬੱਕਰੀ ਫਾਰਮ ਜਿਹੜਾ ਕਿ 100% ਚੱਲਦਾ ਪਿਆ ਹੈ ਉਹ ਤੁਹਾਨੂੰ ਇਹ ਜ਼ਮੀਨ ਤੇ ਅੰਦਰ ਮਿਲੇਗਾ ਸੋਲੋ ਸਿਸਟਮ ਦੀ ਸਹੂਲਤ ਪ੍ਰਾਵਾਂ ਨੂੰ ਮੌਕੇ ਤੇ ਮਿਲੇਗੀ ਦੋਸਤੋ ਜ਼ਿਲ੍ਹਾ ਮੀਆਂਵਾਲੀ ਦੇ ਅੰਦਰ ਰਕਬਾ ਹੈ ਆਪਣੇ ਕੋਲੇ ਇਹ 1350 ਕਨਾਲ ਇਹ ਜ਼ਿਲ੍ਹਾ ਮੀਆਂਵਾਲੀ ਦੇ ਅੰਦਰ ਹੈ ਲੇਕਿਨ ਚਕਵਾਲ ਬਾਉਂਡਰੀ ਦੇ ਬਿਲਕੁਲ ਨਾਲ ਵਾਕਿਆ ਹੈ ਮਤਲਬ ਕਿ ਚਕਵਾਲ ਬਾਉਂਡਰੀ ਤੇ ਇਹ ਰਕਬਾ ਮੌਜੂਦ ਹੈ ਲੇਕਿਨ ਜ਼ਿਲ੍ਹਾ ਮੀਆਂਵਾਲੀ ਹੈ ਦੋਸਤੋ ਆਪਣੀ ਵੀਡੀਓ ਫੇਕ ਨਹੀਂ ਹੁੰਦੀ ਇਹ ਮੈਂ ਗੱਲ ਕਰਦਾ ਹਾਂ ਬਾਰ-ਬਾਰ ਬਾਕੀ ਦੋਸਤੋ ਨੂੰ ਮੈਂ ਕੱਲ ਜਿਵੇਂ ਕਿ ਇੱਕ ਵੀਡੀਓ ਦਿਖਾਈ ਸੀ ਉਹਦੇ ਵਿੱਚ ਮੈਂ ਮਕਮਲ ਤਫਸੀਲ ਨਾਲ ਗੱਲ ਕੀਤੀ ਸੀ ਕਿ ਆਪਾਂ ਕੰਮ ਕਿਸ ਤਰ੍ਹਾਂ ਕਰਦੇ ਪਏ ਆ ਤੁਸੀਂ ਕਿਸੇ ਵੀ ਟਾਈਮ WhatsApp ਤੇ ਵਾਇਸ ਮੈਸੇਜ ਕਰੋਗੇ ਚੈਟ ਕਰੋਗੇ ਤੁਹਾਨੂੰ ਫੌਰਨ ਦੀ ਰਿਪਲਾਈ ਮਿਲੇਗੀ ਜਿਹੜੀ ਇਹ ਵੀਡੀਓ ਹੈਗੀ ਇਹ ਇਹ ਆਪਾਂ ਨੂੰ ਹਾਜੀ ਅਰਫਾਨ ਅਬਾਦ ਸਾਹਿਬ ਨੇ ਸੈਂਡ ਕੀਤੀ ਹੈ ਨਾ ਤੇ ਹਾਜੀ ਅਰਫਾਨ ਅਬਾਦ ਸਾਹਿਬ ਜਿਨ੍ਹਾਂ ਦੀ ਆਪਾਂ ਖੁਦ ਗਾਰੰਟੀ ਦੇਾਂਗੇ ਕਿਉਂਕਿ ਉਹ ਆਪਣੇ ਨਾਲ ਕੰਮ ਕਰਦੇ ਪਏ ਨੇ ਸਿਰਫ ਉਨਨੋ ਕੋਈ ਇਲਾਕਾ ਹੈਗਾ ਚਕਵਾਲ ਮੀਆਂਵਾਲੀ 라ਵਲਪਿੰਡੀ ਤੇ ਮੇਰੇ ਕੋਲ ਇਲਾਕਾ ਹੈਗਾ ਆਰਫਲਾ ਸਾਈਵਾਲ ਪਾਕਪਤਨ ਬਹਾਵਨ ਲਗਰ ਹਲਕੇ ਫੁਲਕੇ ਬਿਆਨੇ ਤੇ ਦੋਸਤਾਂ ਨੂੰ ਮੁਕੰਮਲ ਦੀ ਮੁਕੰਮਲ ਜ਼ਮੀਨ ਦਾ ਕਬਜ਼ਾ ਮਿਲ ਜਾਏਗਾ ਤੁਸੀਂ ਮੌਕੇ ਤੇ ਆਣਾ ਤੁਸੀਂ ਜਗਾ ਪਸੰਦ ਕਰਨੀ ਤੇ ਹਲਕੇ ਫੁਲਕੇ ਬਿਆਨੇ ਤੇ ਤੁਹਾਨੂੰ ਮੁਕੰਮਲ ਜ਼ਮੀਨ ਦਾ ਕਬਜ਼ਾ ਮਿਲ ਜਾਏਗਾ ਆ ਵੇਖੋ ਦੋਸਤੋ ਆਪਾਂ ਦੋਸਤਾਂ ਨੂੰ ਤਸੱਲੀ ਦਿਖਾ ਰਹੇ ਆ ਏ ਡਰਾਊਨ ਕੈਮਰੇ ਦੇ ਜ਼ਰੀਏ ਤੁਸੀਂ ਆਪਣੇ ਇੱਥੇ ਨਿਸ਼ਾਨੀ ਲਗਾ ਸਕਦੇ ਜੀ ਇਹ ਵਾਕੀ ਉਹੀ ਜ਼ਮੀਨ ਹੈ ਮਤਲਬ ਕਿ ਤੁਸੀਂ ਤਸੱਲੀ ਨਾਲ ਵੇਖ ਲਓ ਤੁਸੀਂ ਮੌਕੇ ਤੇ ਆਉਂਗੇ ਤੁਹਾਨੂੰ ਇਹ ਜ਼ਮੀਨ ਮਿਲੇਗੀ ਇਹ ਬੱਕਰੀ ਫਾਰਮ ਤਸੱਲੀ ਨਾਲ ਵੇਖ ਲਓ ਡੇਰਾ ਨਾਲ ਮੌਜੂਦ ਹੈ ਤਸੱਲੀ ਨਾਲ ਵੇਖ ਲਓ ਤੇ ਸੋਨਾ ਸਿਸਟਮ ਦੀ ਸਹੂਲਤ ਇੱਥੇ ਬੇਸ਼ੁਮਾਰ ਮੌਜੂਦ ਹੈਗੀ ਤਸੱਲੀ ਨਾਲ ਵੇਖ ਲਓ ਤੇ ਮੌਕੇ ਤੇ ਗੰਧਮ ਦੀ ਫਸਲ ਮੌਜੂਦ ਹੈਗੀ ਇਹ ਇਸ ਮੂਵੀ ਦੇ ਅੰਦਰ ਗੰਧਮ ਨਿੱਕੀ ਨਿੱਕੀ ਹੈ ਹਰੀ ਭਰੀ ਹੈ ਲੇਕਿਨ ਤੁਸੀਂ ਮੌਕੇ ਆਉਂਗੇ ਤੁਹਾਨੂੰ ਗੰਦਮ ਇੱਥੇ ਬਿਲਕੁਲ ਤਿਆਰ ਮਿਲੇਗੀ ਦੋਸਤੋ ਬੱਕਰੀ ਫਾਰਮ ਇਸ ਜ਼ਮੀਨ ਦੇ ਅੰਦਰ ਦੋ ਹੈਗੇ ਜਿਹੜੇ ਕਿ ਬਿਲਕੁਲ ਮੁਕੰਮਲ ਤੇ ਫੁੱਲ ਤਿਆਰ ਹੈਗੇ ਨੇ ਇਸ ਤੋਂ ਇਲਾਵਾ ਮੈਂ ਦੋਸਤਾਂ ਨੂੰ ਬਾਰ-ਬਾਰ ਦਿਖਾ ਰਿਹਾ ਹਾਂ ਏ ਡਰੋਨ ਕੈਮਰੇ ਦੇ ਜ਼ਰੀਏ ਕਿ ਇਹਦੇ ਵਿੱਚ ਪਾਣੀ ਵਾਲੀ ਬਹੁਤ ਵੱਡੀ ਇੱਕ ਟੈਂਕੀ ਮੌਜੂਦ ਜੇ ਕਿ ਪਾਣੀ ਵਾਲੀ ਇਹਦੇ ਵਿੱਚ ਮਾਲਕਾਨ ਹਜ਼ਰਤ ਨੇ ਟੈਂਕੀ ਲਗਵਾਈ ਹੋਈ ਹੈ ਪਾਣੀ ਵਾਲੀ ਟੈਂਕੀ ਮੌਜੂਦ ਹੈ ਤੇ 6 ਇਹਦੇ ਵਿੱਚ ਬੋਰ ਮੌਜੂਦ ਨੇ ਦੋਸਤੋ ਪਾਣੀ ਵਾਲੇ 6 ਬੋਰ ਤੁਹਾਨੂੰ ਮੌਕੇ ਤੇ ਮਿਲਣਗੇ ਦੋ ਬੱਕਰੀ ਫਾਰਮ ਤੁਹਾਨੂੰ ਮੌਕੇ ਤੇ ਮਿਲਣਗੇ ਬਹੁਤ ਵੱਡਾ ਡੇਰਾ ਤੁਹਾਨੂੰ ਮੌਕੇ ਤੇ ਮਿਲੇਗਾ ਜਿੰਦੇ ਵਿੱਚ ਮਾਲਕਾਨ ਦੀ ਅਲੱਗ ਰਿਹਾਇਸ਼ ਦਾ ਇੰਤਜ਼ਾਮ ਕੀਤਾ ਗਿਆ ਹੈ ਤੇ ਮੁਲਾਜ਼ਮੀਆਂ ਵਾਸਤੇ ਅਲੱਗ ਇੰਤਜ਼ਾਮ ਕੀਤਾ ਗਿਆ ਹੈ ਮਤਲਬ ਕਿ ਬਹੁਤ ਵੱਡਾ ਡੇਰਾ ਹੈਗਾ ਨਾ ਤੇ ਮਾਲਕਾਨ ਦੀ ਅਲੱਗ ਰਿਹਾਇਸ਼ ਹੈ ਤੁਸੀਂ ਇੱਥੇ ਆਪਣੀ ਰਿਹਾਇਸ਼ ਲਾ ਸਕਦੇ ਜੀ ਤੇ ਮੁਲਾਜ਼ਮੀਆਂ ਵਾਸਤੇ ਅਲੱਗ ਇੰਤਜ਼ਾਮ ਕੀਤਾ ਗਿਆ ਹੈ 6 ਪਾਣੀ ਵਾਲੇ ਬੋਰ ਅਗੇ ਨੇ ਮੌਕੇ ਤੇ ਇੱਕ ਨਲਕਾ ਵੀ ਮੌਜੂਦ ਹੈਗਾ ਇਹ 6 ਬੋਰ ਤੋਂ ਇਲਾਵਾ ਮੌਕੇ ਤੇ ਇੱਕ ਨਲਕਾ ਵੀ ਮੌਜੂਦ ਹੈਗਾ ਤੇ ਪਾਣੀ ਵਾਲੀ ਟੈਂਕੀ ਦੋਸਤਾਂ ਨੂੰ ਮੌਕੇ ਤੇ ਮਿਲੇਗੀ ਇਸ ਤੋਂ ਇਲਾਵਾ ਦੋਸਤੋ ਸੀ ਪੈਕ ਅੰਟਰਚੇਂਜ ਦੇ ਇੰਤਹਾਈ ਕਰੀਬ ਹੈ ਤੇ ਤੁਰਾਬ ਅੰਟਰਚੇਂਜ ਤੋਂ ਅੱਧੇ ਘੰਟੇ ਦਾ ਸਫ਼ਰ ਹੈ ਜੀ ਤੁਰab ਅੰਤਰਜੈ ਤੂੰ ਆਪਣੀ ਜ਼ਮੀਨ ਤੱਕ ਅੱਧੇ ਘੰਟੇ ਦਾ ਸਫ਼ਰ ਹੈਗਾ ਤੇ ਕਾਰਪਟ ਰੋਡ ਤੇ ਕਾਰਪਟ ਰੋਡ ਤੇ ਪੱਕੇ ਰਸਤੇ ਤੇ ਆਪਣੀ ਜ਼ਮੀਨ ਦਾ 600 ਫੁੱਟ ਫਰੰਟ ਹੈ ਜੀ ਤੁਸੀਂ ਆਪਣੀਆਂ ਸਾਰੀਆਂ ਗੱਲਾਂ ਨੋਟ ਕਰਦੇ ਜਾਓ 600 ਫੁੱਟ ਦਾ ਫਰੰਟ ਹੈਗਾ ਜੇ ਕਾਰਪਟ ਰੋਡ ਤੇ ਪੱਕੇ ਰਸਤੇ ਤੇ ਇਸ ਤੋਂ ਇਲਾਵਾ ਦੋਸਤੋ ਇਹ ਮੁਕਮਲ ਜ਼ਮੀਨ ਦਾ 1350 ਕਨਾਲ ਜ਼ਮੀਨ ਦਾ ਸਿਰਫ ਇੱਕ ਮਾਲਕ ਜੀ ਕਿ ਇੱਕ ਮਾਲਕ ਦੇ ਨਾਂ ਤੇ ਜ਼ਮੀਨ ਰਜਿਸਟਰੀ ਇੰਤਕਾਲशुदा ਕੰਪਿਊਟਰਾਈਜ਼ ਰਿਕਾਰਡशुदा ਤੇ ਜਿਵੇਂ ਕਿ ਮੈਂ ਦੋਸਤਾਂ ਨਾਲ ਗੱਲ ਕਰਦਾ ਹੁੰਨਾ ਕਿ ਹਲਕੇ ਫੁਲਕੇ ਬਿਆਨ ਤੇ ਤੁਹਾਨੂੰ ਮੁਕੰਮਲ ਦੀ ਮੁਕੰਮਲ ਜ਼ਮੀਨ ਦਾ ਕਬਜ਼ਾ ਮਿਲ ਜਾਣਾ ਹੈ ਤੇ ਦੋਸਤੋ 130000 ਰੁਪਿਆ ਇਹਦਾ ਰੇਟ ਹੈਗਾ ਫੀ ਕਨਾਲ ਦੇ ਹਿਸਾਬ ਨਾਲ ਮਾਲਕ ਨੇ ਇੰਦੀ ਡਿਮਾਂਡ ਕੀਤੀ ਹੈ 130000 ਰੁਪਿਆ ਤੇ ਇਸੇ ਤਰ੍ਹਾਂ ਹੀ ਏਕੜ ਦੇ ਹਿਸਾਬ ਨਾਲ ਇੰਦੀ ਡਿਮਾਂਡ ਬਣਦੀ ਪਈਏ 10 ਲੱਖ ਤੇ 40000 ਰੁਪਇਆ ਜਿਹੜੇ ਦੋਸਤਾਂ ਨੂੰ ਅੱਛੀ ਜ਼ਮੀਨ ਨਹੀਂ ਮਿਲਦੀ ਪਈ ਕਾਫੀ देर ਹੋ ਗਈ ਸਸਤੀ ਜ਼ਮੀਨ ਨਹੀਂ ਮਿਲਦੀ ਪਈ ਤੁਸੀਂ ਬੇਫਿਕਰ ਹੋ ਕੇ ਹਾਜੀ ਸਾਹਿਬ ਨਾਲ ਰਾਬਤਾ ਕਰੋ ਇਨਸ਼ਾਅੱਲਾ ਤੁਹਾਡੇ 에 ਜ਼ਮੀਨ ਬਹੁਤ ਪਸੰਦ ਆਵੇਗੀ ਕਮ ਕੀਮਤ ਲੋਕੇਸ਼ਨ ਬਿਹਤਰੀਨ ਮੁਕੰਮਲ ਦੀ ਮੁਕੰਮਲ ਜ਼ਮੀਨ ਆਬਾਦ ਪਰਾਵਾਂ ਦੇ ਸਾਹਮਣੇ ਦੋ ਬੱਕਰੀ ਫਾਰਮ ਨੇ ਜਿਹੜੇ ਕਿ ਚੱਲਦੇ ਪਏ ਨੇ ਬਹੁਤ ਵੱਡਾ ਡੇਰਾ ਹੈਗਾ ਹਰ ਸਹੂਲਤ ਮੌਕੇ ਤੇ ਮੌਜੂਦ ਹੈਗੀ ਸੋਲਰ ਸਿਸਟਮ ਦਾ ਜਿਹੜਾ ਕਿ ਇੰਤਜ਼ਾਮ ਇੱਥੇ ਮਾਲਕ ਨੇ ਮਾਸ਼ਾਅੱਲਾਹ ਬਹੁਤ ਜ਼ਿਆਦਾ ਕੀਤਾ ਹੋਇਆ ਹੈ ਇੱਕ ਨਲਕਾ 6 ਪਾਣੀ ਵਾਲੇ ਬੋਰ ਹੈਗੇ ਨੇ ਤੇ 614 ਦਾ ਕਾਰਪਟ ਰੋਡ ਤੇ ਫਰੰਟ ਹੈਗਾ ਜੀ ਜ਼ਿਲ੍ਹਾ ਮੀਆਂਵਾਲੀ ਦਾ ਰਕਬਾ ਹੈਗਾ ਜੀ ਤੁਰਾਬ ਇੰਟਰਚੇਂਜ ਦੇ ਇੰਤਖਾਈ ਕਰੀਬ ਹੈਗਾ ਜੀ ਤੁਸੀਂ ਹਾਜੀ ਸਾਹਿਬ ਨਾਲ ਰਾਬਤਾ ਕਰਨਾ ਹੈ ਹਾਜੀ ਸਾਹਿਬ ਦਾ ਕਾਲ ਐਂਡ WhatsApp ਨੰਬਰ ਭਰਾਵਾਂ ਨੂੰ ਸਾਹਮਣੇ ਸਕਰੀਨ ਤੇ ਮਿਲ ਗਿਆ ਹੁਣੇ। ਹਾਜੀ ਸਾਹਿਬ ਦਾ ਕਾਲ ਨੰਬਰ ਵੀ ਭਰਾਵਾਂ ਦੇ ਸਾਹਮਣੇ ਤੇ WhatsApp ਨੰਬਰ ਵੀ ਭਰਾਵਾਂ ਦੇ ਸਾਹਮਣੇ ਤਾਂ ਕਿ ਭਰਾਵਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ। ਤੁਸੀਂ ਆਪਣੇ ਤਰੀਕੇ ਨਾਲ رابطہ ਕਰ ਸਕਦੇ ਜੀ। ਦੋਸਤੋ ਇਹ ਸਭ ਲੋਕ ਤੁਹਾਡੇ ਵਾਸਤੇ ਇੱਕ Eid ਦਾ ਤੋਹਫਾ ਹੈਗਾ ਜੀ। ਕਮ ਕੀਮਤ, ਲੋਕੇਸ਼ਨ ਬਿਹਤਰੀਨ। ਤੁਸੀਂ ਹਾਜੀ ਸਾਹਿਬ ਨਾਲ رابطہ ਕਰਨਾ ਹੈ। ਹਾਜੀ ਸਾਹਿਬ ਨੇ ਤੁਹਾਡੀ ਮਾਲਕ ਨਾਲ ਮੁਲਾਕਾਤ ਕਰਵਾਣੀ ਹੈ। ਤੇ ਉਸ ਤੋਂ ਬਾਅਦ ਹਲਕੇ ਫੁਲਕੇ ਬਿਆਨਾਂ ਤੇ ਦੋਸਤਾਂ ਨੂੰ ਮੁਕੰਮਲ ਦੀ ਮੁਕੰਮਲ ਜ਼ਮੀਨ ਦਾ ਕਬਜ਼ਾ ਮਿਲ ਜਾਏਗਾ ਕੋਈ ਵੀ ਗੱਲਬਾਤ ਰਹੇ ਕਿ ਹੋਵੇ ਇਸ ਰਕਬੇ ਦੇ ਬਾਰੇ ਚ ਸਾਹਮਣੇ ਸਕਰੀਨ ਤੇ ਹਾਜੀ ਸਾਹਿਬ ਦਾ ਕਾਲ ਨੰਬਰ ਵੀ ਪਰਾਮਾਂਦ ਸਾਹਮਣੇ ਤੇ WhatsApp ਨੰਬਰ ਵੀ ਪਰਾਮਾਂਦ ਸਾਹਮਣੇ ਤੇ ਕਿਸੇ ਦੋਸਤ ਨੂੰ ਗੱਲ ਕਰਨੀ ਹੋਵੇ ਮੇਰੇ ਨਾਲ ਮੇਰਾ WhatsApp ਨੰਬਰ ਲੱਗਿਆ ਹੁੰਦਾ ਹੈ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੇ ਦੋਸਤੋ ਵੀਡੀਓ ਅਸ਼ੀ ਲਗੇ ਤੇ ਲਾਈਕ ਤੇ ਸ਼ੇਅਰ ਇਹ ਜ਼ਰੂਰ ਕਰੋ ਤੇ ਆਪਣੇ ਬਿਹਤਰੀਨ ਜੁਕਮਨਸ ਲੈ ਕੇ ਭੇਜੋ ਇਨਸ਼ਾਅੱਲਾ ਤਾਲਾ ਬਸ਼ਰ ਤੇ ਜ਼ਿੰਦਗੀ ਬਾ ਫਜ਼ਲ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼